ਹਾਂ ਜੀ, ਅੱਜ ਜਿਹੜਾ ਵਲੌਗ ਆਪਣਾ ਇਹ ਵਾ ਸਪੈਸ਼ਲੀ ਆਪਣੇ ਫਿਰੋਜ਼ਪੁਰ ਕੈਂਟ ਦਾ, ਔਰ ਜਿੱਥੇ ਕਿ ਆਪਾਂ ਆਏ ਮਗਰ ਤੁਸੀਂ ਵੇਖ ਹੀ ਸਕਦੇ ਮੇਰੇ ਤਾਂ ਨਿਗਾਹ ਮਾਰ ਲਓ ਕਰੀ। ਇਹ ਸਭ ਤੋਂ ਫੇਮਸ ਜਿਹੜੀ ਕੈਂਟ ਵਿੱਚ ਸਭ ਤੋਂ ਫੇਮਸ ਅਤੇ ਪੁਰਾਣੀ ਸ਼ੋਪ ਆ ਔਰ ਰਾਮੂ ਹਲਵਾਈ ਦੀ, ਤਾਂ ਇੱਥੇ ਜਿਹੜੀ ਸਭ ਤੋਂ ਫੇਮਸ ਚੀਜ਼ ਆ ਇਹਨਾਂ ਦੀ ਪੂਰੀ ਛੋਲੇ, ਤਾਂ ਇੱਕ ਵਾਰੀ ਵੇਖ ਸਕਦੇ ਕਿੱਦਾਂ ਕਰਾਊਡ ਲੱਗਾ ਹੋਇਆ। ਠੀਕ ਆ, ਅਤੇ ਅੱਜ ਆਪਾਂ ਇਹਨਾਂ ਦੀ ਟੈਸਟਿੰਗ ਕਰਨ ਆਏ ਹਾਂ, ਨਾਲ ਇਹਦਾ ਭਰਾ ਆਦੀ ਆ, ਤਾਂ ਇੱਕ ਵਾਰੀ ਮੈਂ ਆਦੀ ਦੀ ਵੀ ਨਿਗਾਹ ਕਰਾਵਾਂ। ਆ ਜਾਓ, ਤਾਂ ਫਸਟ ਆਫ ਆਲ ਭਾਈ ਕਹਿੰਦਾ ਵੀ ਸਭ ਤੋਂ ਬੈਸਟ ਸਭ ਤੋਂ ਪੁਰਾਣੀ ਸ਼ੋਪ ਆ, ਆਪਾਂ ਇੱਥੇ ਚੈੱਕ ਕਰਨਾ ਵਾ ਔਰ ਕਿੱਦਾਂ ਦਾ ਐਕਸਪੀਰੀਅੰਸ ਰਹਿੰਦਾ ਵਾ, ਹੋ ਸਕਿਆ ਤੁਸੀਂ ਵੀ ਜ਼ਰੂਰ ਟਰਾਈ ਕਰਨਾ, ਅਸੀਂ ਟਰਾਈ ਕਰਕੇ ਤੁਹਾਨੂੰ ਦੱਸਦੇ ਹਾਂ ਆਪਣਾ ਐਕਸਪੀਰੀਅੰਸ। ਤੁਸੀਂ ਵੀ ਆ ਕੇ ਮੈਨੂੰ ਦੱਸਿਓ ਜੇ ਕਿਸੇ ਨੇ ਟਰਾਈ ਕੀਤਾ ਹੋਇਆ ਤਾਂ ਕਮੈਂਟ 'ਚ ਦੱਸਦੇ। ਠੀਕ ਆ, ਹੋ ਸਕਿਆ ਉਹਨਾਂ ਦੀ ਜਿੱਦਾਂ ਦੀ ਉਹਨਾਂ ਦੀ ਸ਼ੁਰੂਆਤ ਆ ਬਣਾਉਣਾ ਉਹ ਵੀ ਹੋ ਸਕਿਆ ਸ਼ੇਅਰ ਕਰਾਂਗੇ, ਨਹੀਂ ਤਾਂ ਫਿਰ ਆ ਕੇ ਤਾਂ ਦੱਸਾਂਗੇ। ਠੀਕ ਹੈ, ਆ ਜਾਓ, ਤਾਂ ਅਸੀਂ ਆਪਦੇ ਵਾਸਤੇ ਲੈ ਰਹੇ ਹਾਂ। ਠੀਕ ਹੈ, ਅਤੇ ਇੱਥੇ ਆਪ ਲੈਣਾ ਪੈਂਦਾ ਸਰ? ਸੈਲਫ ਸਰਵਿਸ, ਤਾਂ ਸੈਲਫ ਸਰਵਿਸ ਕਰਾਂਗੇ, ਤਾਂ ਉਹਦੇ ਵਾਸਤੇ ਬਿੱਲ ਆਰਡਰ ਦੇਈਏ, ਫਿਰ ਇੱਥੋਂ ਆਪੇ ਲੈ ਲਵਾਂਗੇ। ਠੀਕ ਹੈ, ਖਾ ਕੇ ਟੇਸਟ ਦੱਸ ਦਾਂਗੇ ਕਿੱਦਾਂ ਕਿੱਦਾਂ ਦਾ ਲੱਗਦਾ ਸਵਾਦ, ਸਾਰਾ ਕੁਝ ਦੱਸ ਦਾਂਗੇ। ਠੀਕ ਹੈ, ਅਤੇ ਉਸ ਤੋਂ ਬਾਅਦ ਬਾਕੀ ਫਿਰ ਦੱਸ ਦਾਂਗੇ। ਠੀਕ ਹੈ, ਖਾ ਕੇ ਤੁਹਾਨੂੰ ਕਿੱਦਾਂ ਦਾ ਐਕਸਪੀਰੀਅੰਸ ਰਹਿੰਦਾ ਸਰ, ਦੇਖ ਸਕਦੇ ਹਾਂ। ਆਦੀ ਪਹਿਲਾਂ ਖਾਧਾ ਤੂੰ? ਹਾਂ, ਬਹੁਤ ਟੇਸਟੀ ਹੈ। ਅਤੇ ਚੈੱਕ ਕਰ, ਤੂੰ ਚੈੱਕ ਕਰ ਪਹਿਲਾਂ, ਤੈਨੂੰ ਦੱਸਾਂ, ਤੂੰ ਪਹਿਲਾਂ ਦੱਸਣਾ ਮੈਨੂੰ। ਭਾਈ ਕਹਿੰਦੇ ਮੈਂ ਤਾਂ ਆਪਦਾ ਇੱਕ ਦੱਸੂੰਗਾ ਜੋ ਮੇਰੀ ਖਾਣ 'ਚ ਹੈ। ਠੀਕ ਹੈ, ਉਸ ਤੋਂ ਬਾਅਦ ਆਦੀ ਭਰਾ ਨੂੰ ਪੁੱਛਣਾ। ਖਾ ਤਾਂ ਸਹੀ, ਆਪਦਾ ਕਿਵੇਂ ਦਾ ਟੇਸਟ ਆ? ਮੈਂ ਕਿਹਾ ਜੀ ਇੱਕ ਸੈਟਅਪ ਹੋਊਗਾ ਜਿਵੇਂ ਇੱਕ ਹੀ ਇਨਗਰੀਡੀਅੰਟ, ਤਾਂ ਤੁਸੀਂ ਵੀ ਖਾ ਸਕਦੇ ਹਾਂ। ਸਾਨੂੰ ਜਿੱਤ ਕਿੰਨੇ ਨੰਬਰ ਦੇਣਾ ਚਾਹੇਗਾ ਵੈਸੇ? ਇਹਨੂੰ ਕਿੰਨੇ ਨੰਬਰ ਰੇਟਿੰਗ ਕਰਨਾ ਚਾਹੇਗਾ? 10 ਚੋਂ 10 ਚੋਂ ਨੌ ਇਹਨੂੰ 10 ਚੋਂ 9 ਨੰਬਰ ਮਿਲ ਚੁੱਕੇ ਆਖੀ ਗੱਲੋਂ। ਔਰ ਹਜੇ ਇੱਕ ਹੋਰ ਚੀਜ਼ ਤੁਹਾਨੂੰ ਚੈੱਕ ਕਰਾਵਾਂਗੇ, ਉਹ ਕਿਹੜੀ ਆ? ਜੈਨ ਜੀਰਾ। ਇਹਦੇ 'ਚੋਂ ਆਦਿ ਨੇ ਤਾਂ 10 ਚੋਂ ਦੇ ਤੇ 9, ਹੁਣ ਮੈਂ ਐਂਡ 'ਤੇ ਫਾਈਨਲ ਦੱਸੂੰਗਾ ਕੀ ਇਨਗਰੀਡੀਅੰਟ ਦਾ, ਐਂਡ ਦੋਵਾਂ ਦੇ ਦੱਸੂੰਗਾ ਤੁਹਾਨੂੰ ਕਿਹੜਾ ਮੈਨੂੰ ਬੈਸਟ ਲੱਗਾ। 2 ਅੱਜ, ਇਸ ਤੋਂ ਬਾਅਦ ਜੇ ਹੋਰ ਵੀ ਤੁਸੀਂ ਚਾਹੀਦਾ ਹੈ ਨਾ ਉਹ ਵੀ ਦੱਸੋ ਮੈਨੂੰ, ਉਹ ਵੀ ਬਣਾਵਾਂਗੇ। ਆਦੀ ਕੀ ਰੇਟਿੰਗ ਸੀ ਤੇਰੀ? ਮੇਰੀ ਲਾ ਲਓ ਯਾਰ 9 ਲਾ ਲਓ, 10 ਚੋਂ 9 ਤਾਂ ਮੈਂ ਦੇਖ ਸਕਦੇ ਹਾਂ ਕਾਫੀ ਜ਼ਿਆਦਾ ਕਰਾਊਡ ਆਉਂਦਾ ਮੇਰਾ ਵੀ ਨਾ ਪਤਾ ਲੱਗੇ। 1900 ਉਹ ਤਾਂ ਬਿਜ਼ੀ ਬਹੁਤ ਆ, ਉਹਨਾਂ ਕੋਲ ਤਾਂ ਟਾਈਮ ਨਹੀਂ ਗੱਲ ਸੁਣ। ਚਲੋ ਤਾਂ ਇਹਨਾਂ ਨੂੰ ਕੁਝ ਨਹੀਂ ਪਤਾ, ਅਤੇ ਆਪਾਂ ਪੁੱਛਣਾ ਚਾਹੁੰਦੇ ਹਾਂ ਪਰ ਉਹਨਾਂ ਕੋਲ ਟਾਈਮ ਨਹੀਂ ਹੈਗਾ ਭਾਈ, ਆਪਾਂ ਐਵੇਂ ਉਹਨਾਂ ਤੋਂ ਬੇਇੱਜ਼ਤੀ ਨਹੀਂ ਕਰਾ ਸਕਦੇ, ਆਪਾਂ ਚੱਲਦੇ ਹਾਂ ਆਪਦਾ ਹੋਰ ਨੈਕਸਟ ਖਾ ਦੇ। ਠੀਕ ਆ, ਕਿਉਂਕਿ ਕੰਮ ਹੀ ਇੰਨਾ ਵਾ ਯਾਰ, ਆਪਾਂ ਹੈ ਆਦੀ ਉਹਨਾਂ ਕੋਲ ਕੰਮ ਹੀ ਇੰਨਾ, ਆਪਣੀ ਗੱਲ ਸੁਣਨਗੇ? ਸਹੀ ਗੱਲ, ਤਾਂ ਭਾਈ ਫੇਮਸ ਹੀ ਇੰਨੀ ਆ ਔਰ ਕਰਾਊਡ ਹੀ ਬਹੁਤ ਆ। ਆਹ ਵੇਖੋ, ਇੱਕ ਜਾਂਦਾ ਵਾ, 3 ਤੋਂ ਜ਼ਿਆਦਾ ਬੰਦੇ ਆ ਜਾਂਦੇ, 4-5 ਨੋਰਮਲ ਜੇ ਆ ਜਾਂਦੇ, ਅਤੇ ਚੱਲਦੇ ਹਾਂ ਆਪਾਂ ਨੈਕਸਟ ਖਾਂ ਤੋਂ ਬਾਅਦ ਆਈਏ। ਆਪਣੀ ਸੈਕਿੰਡ ਜਿਹੜੀ ਲੋਕੇਸ਼ਨ ਆ ਕੀ ਹੈ? ਸੈਕਿੰਡ ਲੋਕੇਸ਼ਨ
ਜੈਨ ਜੀਰਾ, ਇਹ ਵੀ ਬਹੁਤ ਫੇਮਸ ਆ। ਬਾਕੀ ਗੱਲਬਾਤ ਚੱਲ ਯਾਰ, ਇਹਨਾਂ ਨਾਲ ਗੱਲਾਂ ਕਰੀਏ। 100 ਸਾਲ ਹੋ ਗਏ ਬਹੁਤ ਫੇਮਸ ਆ, ਬਹੁਤ ਹੀ ਜ਼ਿਆਦਾ ਘੈਂਟ ਦੀ ਸਭ ਤੋਂ ਫੇਮਸ ਆ। ਅਤੇ ਕੇਕ ਦੋ ਤਰ੍ਹਾਂ ਦੇ ਬਣਾਉਂਦੇ, ਇੱਕ ਪਾਈਨਐਪਲ ਫਲੇਵਰ। ਚਲੋ ਲਓ ਭਾਜੀ, ਮੈਂ ਕਹਿੰਦਾ ਅਲੱਗ ਅਲੱਗ ਨਾ ਕਰਾ ਲਈਏ, ਇੱਕ ਇੱਕ ਦੋਵੇਂ ਟੇਸਟ ਕਰ, ਸਾਨੂੰ ਦੋਵਾਂ ਦਾ ਟੇਸਟ ਮਿਲ ਜੂ। ਇੱਕ 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 ਹੀ ਕਰਿਓ ਬਸ, ਇੱਕ ਦੂਜਾ ਕਰ ਦਿਓ। ਹਾਂਜੀ, ਇਹ ਆ ਗਿਆ ਜੀਰਾ, ਤਾਂ ਟਰਾਈ ਕਰਦੇ ਹਾਂ। ਚਲੋ ਬਹਿ ਕੇ ਅੰਦਰ ਬਹਿ ਕੇ, ਆ ਵੀ ਲੈ ਕੇ ਜਾ, ਅੰਦਰ ਬਹਿ ਕੇ ਟਰਾਈ ਕਰਦੇ ਹਾਂ। ਜੈਨ ਜੀਰਾ, ਜੀਰਾ ਸੋਡਾ ਲਾ ਲਓ ਜਾਂ ਤੁਸੀਂ ਸਮਥਿੰਗ ਲਾ ਲਾ। ਤਾਂ ਸਾਨੂੰ ਬੜੀ ਖੁਸ਼ੀ ਹੋਈ ਯਾਰ ਕਿ ਬਈ ਮਿਊਜ਼ਿਕ ਨੂੰ ਬੜੇ ਜਣੇ ਪਿਆਰ ਕਰਦੇ ਆ, ਤਾਂ ਉਹਨਾਂ ਦੇ ਓਨਰ ਸੀ ਜਿਹੜੇ, ਗੱਲਾਂ ਤੁਹਾਨੂੰ ਪਤਾ ਆਪਾਂ ਮਿਊਜ਼ਿਕ ਦੇ ਰਿਲੇਟਡ ਕਰਨ ਲੱਗ ਹੀ ਪੈਂਦੇ ਹਾਂ, ਅਤੇ ਗੱਲਾਂ ਗੱਲਾਂ 'ਚ ਉਹਨਾਂ ਦੱਸਿਆ ਵੀ ਮੈਨੂੰ ਬੜਾ ਸ਼ੌਂਕ ਸੀ, ਬੜੀ ਖੁਸ਼ੀ ਉਹਨਾਂ ਤੋਂ ਸੁਣ ਕੇ ਵੀ ਮਿਊਜ਼ਿਕ ਨੂੰ ਇੰਨਾ ਪਿਆਰ ਕਰਦੇ। ਫਿਰ ਉਹਨਾਂ ਨੇ ਸਾਨੂੰ ਖੁਦ ਆਪਣਾ ਮਤਲਬ ਕਿ ਜੋ ਗੀਤ ਉਹ ਗਾਉਣਾ ਪਸੰਦ ਕਰਦੇ ਉਹ ਉਹਨਾਂ ਨੇ ਗਾ ਕੇ ਸੁਣਾਇਆ, ਤੁਸੀਂ ਵੀ ਸੁਣੋ ਅਤੇ ਸਾਨੂੰ ਦੱਸੋ। ਵਾਹ ਵਾਹ ਵਾਹ, ਬਹੁਤ ਅੱਛਾ ਮੈਂ ਸਪੈਸ਼ਲ ਗਾਣਾ ਸੁਣਾਉਂਦੇ ਪਏ, ਆਪਦੇ ਸ਼ੇਅਰ ਕਰਦੇ ਪਏ, ਵੇਖ ਲਓ ਕਿੰਨੀ ਐਕਸਪੀਰੀਅੰਸ ਆ। ਹਾਂ, ਮੇਰੇ ਟੂਟੇ ਹੋਏ ਦਿਲ ਸੇ ਕੋਈ ਲੈ ਆਜੀਏ ਪੁੱਛੇ ਕਿ ਤੇਰਾ ਹਾਲ ਕਿਆ ਹੈ, ਕਿ ਤੇਰਾ ਹਾਲ ਕਿਆ ਹੈ। ਕਿਆ ਬਾਤ, ਮੇਰੇ ਟੂਟੇ ਹੋਏ ਦਿਲ ਸੇ ਕੋਈ ਤੋ ਆਜੀਏ ਪੁੱਛੇ ਕਿ ਤੇਰਾ ਹਾਲ ਕਿਆ ਹੈ, ਕਿਸਮਤ ਤੇਰੀ ਰੀਤ ਨਿਰਾਲੀ, ਓ ਚਲੀਏ ਕੋ ਚਲਨੇ ਵਾਲੀ, ਭੁੱਲ ਗਿਰਾ ਦੋ ਟੂਟੀ। ਤਾਂ ਭਾਈ ਸਾਹਿਬ ਐਕਸਪੀਰੀਅੰਸ ਤੁਸੀਂ ਵੇਖਦੇ ਪਏ ਸੀ, ਸਾਡੇ ਨਾਲ ਗਾਉਂਦੇ ਪਏ ਆ ਭਾਈ, ਸੱਚੀ ਵਾਕਈ ਯਾਰ। ਤਾਂ ਠੀਕ ਆ ਸਰ, ਇੱਕ ਵਾਰੀ ਫੇਰ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਤਾਂ ਭਾਈ ਮੈਂ ਜਿੰਨਾ ਕਹਾਂ ਵਾਕਈ ਯਾਰ, ਅੱਜ ਮਿਊਜ਼ਿਕ ਕੀ ਆ, ਮਿਊਜ਼ਿਕ ਫੀਲ ਪਿਆਰ ਆ ਯਾਰ, ਪਿਆਰ ਵੀ ਫੀਲ ਭਾਈ। ਐਡੀ ਵੱਡੀ ਗੱਲ ਆਪਾਂ ਫਸਟ ਟਾਈਮ ਮਿਲੇ, ਮੈਂ ਤੁਹਾਨੂੰ ਨਾ ਪੂਰੀ ਗੱਲ ਸੁਣਾਉਂਦਾ ਵਾਂ, ਚੱਲ ਮੋੜ ਯਾਰ। ਸਾਨੂੰ ਫਸਟ ਟਾਈਮ ਮਿਲਿਆ ਵਾ ਬੰਦਾ,
ਔਰ ਉਹਨੇ ਸਾਡੇ ਤੋਂ ਪੈਸੇ ਨਹੀਂ ਮੰਗੇ, ਕਹਿੰਦਾ ਪੈਸੇ ਨਹੀਂ ਲੈਣੇ ਮੈਂ। ਯਾਰ ਕਿੱਡੀ ਵੱਡੀ ਗੱਲ ਆ, ਫਿਰ ਉਹ ਸੁਣਾਉਂਦਾ ਤੁਹਾਨੂੰ ਮੈਂ ਜਾ ਕੇ ਉੱਥੇ, ਠੀਕ ਆ। ਹੁਣ ਉੱਥੇ ਮਿਲ ਕੇ ਦੱਸਦਾ ਫੀਲਿੰਗ ਕਿੰਨੀ ਵਧੀਆ ਖੁਸ਼ੀ ਹੁੰਦੀ, ਕਿੰਨੀ ਵਧੀਆ ਖੁਸ਼ੀ ਹੁੰਦੀ ਆ ਯਾਰ, ਮੈਂ ਦੱਸ ਦਿਲ ਖੁਸ਼ ਹੋ ਗਿਆ ਬਈ, ਮੈਂ ਉੱਥੇ ਜਾ ਕੇ ਦੱਸਦਾ ਤੁਹਾਨੂੰ। ਜਿੱਦਾਂ ਕਿ ਤੁਸੀਂ ਦੇਖ ਹੀ ਸਕਦੇ, ਆਪਾਂ ਦੋ ਚੀਜ਼ਾਂ ਨੂੰ ਅੱਜ ਟਰਾਈ ਕੀਤਾ। ਫਸਟ ਪਹਿਲਾਂ ਆਪਾਂ ਜਿੱਥੇ ਪੂੜੀ ਛੋਲੇ ਔਰ ਪੂੜੀ ਆਲੂ, ਠੀਕ ਹੈ, ਔਰ ਉਸ ਤੋਂ ਬਾਅਦ ਜੈਨ ਜੀਰਾ, ਇਹ ਫਿਰੋਜ਼ਪੁਰ ਦੇ ਫੇਮਸ ਜਿਹੜੇ ਫੂਡ ਪੁਆਇੰਟ ਆ। ਤਾਂ ਆਈ ਹੋਪ ਤੁਸੀਂ ਵੀ ਟਰਾਈ ਕੀਤੀ ਹੋਣੀ ਕਿਤੇ ਨਾ ਕਿਤੇ, ਅਗਰ ਨਹੀਂ ਕੀਤੀ ਤਾਂ ਜ਼ਰੂਰ ਟਰਾਈ ਕਰ ਸਕਦੇ। ਅਸੀਂ ਇਹਨਾਂ ਨੂੰ ਪ੍ਰਮੋਟ ਨਹੀਂ ਕਰ ਰਹੇ ਲਾਈਕ ਬਈ ਕੋਈ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਪ੍ਰਮੋਟਿੰਗ ਜਾਂ ਐਡਵਰਟਾਈਜ਼ਮੈਂਟ, ਜਸਟ ਅਸੀਂ ਟਰਾਈ ਕੀਤਾ ਕਿ ਬਈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਹੋ ਸਕਦਾ ਤੁਸੀਂ ਖਾਓ, ਤੁਹਾਨੂੰ ਅੱਛਾ ਟੇਸਟ ਆ, ਠੀਕ ਆ। ਦੋਨਾਂ 'ਤੇ ਆਪਾਂ ਗਏ, ਔਰ ਸਭ ਤੋਂ ਵੱਡੀ ਗੱਲ ਜਿਹੜਾ ਅਸੀਂ ਜੈਨ ਚੀਰੇ ਵਾਲੇ ਦੇ ਗਏ ਨਾ ਭਰਾ ਦੇ, ਔਰ ਇੰਨਾ ਕੁ ਜ਼ਿਆਦਾ ਵਧੀਆ ਸਾਨੂੰ ਨੇ ਟ੍ਰੀਟ ਕੀਤਾ, ਔਰ ਹਾਲਾਂਕਿ ਉਹਨੇ ਸਾਨੂੰ ਗਾਣੇ ਸੁਣਾਏ, ਔਰ ਗਾਣੇ ਸੁਣਾਏ ਇੱਕ ਇਹ ਮਿਊਜ਼ਿਕ ਇੱਦਾਂ ਦੀ ਚੀਜ਼ ਆ, ਇੰਨਾ ਕੁ ਪਿਆਰ ਆ, ਚਲੋ ਮੈਂ ਤੁਹਾਨੂੰ ਸੁਣਿਆ ਨਾ, ਮੋਸਟਲੀ ਆਪਾਂ ਗਾ ਲੈਂਦੇ ਹਾਂ ਮਾੜਾ ਮੋਟਾ। ਅਸੀਂ ਗਾਇਆ ਉੱਥੇ ਮੈਂ ਅਤੇ ਆਦੀ ਭਰਾ ਨੇ, ਔਰ ਉਹ ਇੰਨਾ ਕੁ ਜ਼ਿਆਦਾ ਖੁਸ਼ ਹੋਏ ਵੀ ਅਸੀਂ ਖਾ ਉਹ ਜੈਨ ਜੀ ਦਾ ਪੀ ਕੇ ਨਾ, ਅਤੇ ਮੈਂ ਕਿਹਾ ਭਾਜੀ ਕਿੰਨੀ ਕੀ ਤੁਹਾਡੇ ਪੈਸੇ ਹੋਏ, ਕਿੰਨੀ ਸੇਵਾ, ਕਹਿੰਦੇ ਬਸ ਹੋ ਗਈ ਸੇਵਾ, ਤੁਸੀਂ ਜਾਓ। ਔਰ ਮੈਨੂੰ ਮਿਊਜ਼ਿਕ ਨੂੰ ਇੰਨਾ ਪਿਆਰ ਕਰਦੇ, ਮੈਨੂੰ ਦਿਲੋਂ ਆਇਆ, ਮੈਂ ਕਿਹਾ ਯਾਰ ਆਪਾਂ ਨੂੰ ਮਿਲੇ ਫਸਟ ਟਾਈਮ ਆ, ਫਸਟ ਟਾਈਮ ਜੇ ਆਪਾਂ ਦਿਲ ਕਹੇ ਵੀ ਪੈਸੇ ਨਹੀਂ ਦੇਣੇ ਮੈਂ ਆਪਦੀ ਚੀਜ਼ 'ਤੇ, ਅਤੇ ਕਿੰਨਾ ਖੁਸ਼ ਹੁੰਦੀ। ਹਾਲੇ ਕਿਸੇ ਨੂੰ ਦਿੱਤੇ ਪੈਸੇ, ਅਸੀਂ ਇਹ ਨਹੀਂ ਕਿਹਾ ਕਿ ਵੀ ਚਲੋ ਤੁਸੀਂ ਕਹਿ ਤਾਂ ਤੇਰੀ, ਇਹ ਪਿਆਰ ਸੀ ਉਹਨਾਂ ਦੀ, ਮੁਹੱਬਤ ਸੀ, ਖੁਸ਼ੀ। ਜ਼ਰੂਰ ਉਹਨਾਂ ਦੇ ਜਾਓ ਟਰਾਈ ਕਰੋ, ਬਹੁਤ ਵਧੀਆ ਇੱਕ ਮੈਨੂੰ ਲੱਗਿਆ ਉਹਨਾਂ ਦਾ ਜੈਨ ਜੀਰਾ ਸਪੈਸ਼ਲ, ਜਿਹੜਾ ਜੈਨ ਜੀਰਾ ਦੋ ਫਲੇਵਰ ਸੀ, ਇੱਕ ਜੈਨ ਔਰ ਇੱਕ ਪਾਈਨਐਪਲ, ਔਰ ਮੈਂ ਸਪੈਸ਼ਲੀ ਸੁਜੈਸਟ ਕਰਦਾ ਤੁਸੀਂ ਜੈਨ ਜੀਰਾ ਜ਼ਰੂਰ ਪੀਗਾ। ਔਰ ਹੋ ਸਕਿਆ ਤਾਂ ਮੈਨੂੰ ਕਮੈਂਟ 'ਚ ਦੱਸੋ ਅਗਰ ਤੁਸੀਂ ਪੀ ਕੇ ਆਇਆ ਅੱਜ, ਨਹੀਂ ਤਾਂ ਕੱਲ੍ਹ ਜਦੋਂ ਵੀ ਪੀਓ ਤਾਂ ਮੈਨੂੰ ਕਮੈਂਟ 'ਚ ਦੱਸੋ ਵੀ ਕਿੱਦਾਂ ਲੱਗਿਆ, ਠੀਕ ਆ। ਔਰ ਮਿਲਦੇ ਹਾਂ ਇਸ ਤੋਂ ਬਾਅਦ ਇੱਦਾਂ ਹੀ ਕਿਸੇ ਹੋਰ ਫੂਡ ਵਲੌਗ ਨਾਲ ਜਾਂ ਕਿਤੇ ਆਪਣੀ ਸਪੈਸ਼ਲ ਵਲੌਗ ਨਾਲ। ਤਾਂ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਅੱਜ ਦੇ ਲਈ, ਇਹੀ ਫਿਰ ਮਿਲਦਾ ਅਗਲੇ ਵਲੌਗ।